प्यारे विद्यार्थियों सब तो पहला मेरे चैनल ते ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ 10ਵੀਂ ਕਲਾਸ ਦਾ ਜੋ 22 ਮਨਥਲੀ ਟੈਸਟ ਹੋਣ ਜਾ ਰਿਹਾ ਹੈ ਜੁਲਾਈ ਅਗਸਤ ਵਿੱਚ ਉਸ ਦਾ ਐਸਐਸਟੀ ਵਿਸ਼ੇ ਦੇ ਇੱਕ ਸੈਂਪਲ ਪੇਪਰ ਨੂੰ ਸੋਲਵ ਕਰਾਂਗੇ ਜੀ ਇਸ ਤੋਂ ਪਹਿਲਾਂ ਮੈਂ ਇੱਕ ਸੈਂਪਲ ਪੇਪਰ ਪਹਿਲਾਂ ਹੀ ਸੋਲਵ ਕਰਕੇ ਚੈਨਲ ਤੇ ਅਪਲੋਡ ਕਰ ਦਿੱਤਾ ਹੈ ਤੇ ਇਹ ਆਪਣੇ ਕੋ ਸਐਸਟੀ ਦਾ ਸੈਂਪਲ ਪੇਪਰ ਨੰਬਰ 2 ਹੈ ਤੇ ਜੇਕਰ ਤੁਸੀਂ ਪਹਿਲਾਂ ਐਸਐਸਟੀ ਜੋ ਸੈਂਪਲ ਪੇਪਰ 1 ਹੈ ਉਸ ਨੂੰ ਨਹੀਂ ਦੇਖਿਆ ਤਾਂ ਉਸ ਨੂੰ ਇੱਕ ਵਾਰ ਉਸ ਵੀਡੀਓ ਨੂੰ ਜਰੂਰ ਦੇਖ ਲੈਣਾ ਹੈ ਹੋਪ ਹੈ ਕਿ ਦੋਨੋਂ ਹੀ ਸੈਂਪਲ ਪੇਪਰ ਦੇ ਵਿੱਚੋਂ ਤੁਹਾਨੂੰ ਪੂਰਾ ਪੇਪਰ ਮਿਲ ਜਾਵੇਗਾ ਜੀ ਵਿਦਿਆਰਥੀਓ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੀ ਨੋਟੀਫਿਕੇਸ਼ਨ ਤੇ ਕਲਿੱਕ ਕਰ ਦੇਣਾ ਹੈ ਤਾਂ ਜੋ ਮੇਰੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਓ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਜੋ ਕੁਐਸਚਨਸ ਹਨ ਉਹਨਾਂ ਨੂੰ ਸੋਲਵ ਕਰਦੇ ਹਾਂ ਜੀ ਤੇ ਇਸ ਨੂੰ ਪਹਿਲਾ ਕੁਐਸਚਨ ਆਪਣੇ ਕੋਲ ਦੇਖੋ ਇਸ ਤਰ੍ਹਾਂ ਹੈ ਜੀ ਭਾਰਤ ਸਰਕਾਰ ਨੇ ਦੇਸ਼ ਭਰ ਦੇ ਵਿੱਚ ਡੈਸ਼ ਜੀਵ ਖੇਤਰ ਰੱਖਾ ਸਥਾਪਿਤ ਕੀਤੀਆਂ ਹਨ ਤੇ ਇਸ ਵਿੱਚ ਕਿੰਨੀਆਂ ਜੀਵ ਖੇਤਰ ਰੱਖਾਂ ਜੋ ਹੈ ਭਾਰਤ ਸਰਕਾਰ ਨੇ ਦੇਸ਼ ਭਰ ਦੇ ਵਿੱਚ ਸਥਾਪਿਤ ਕੀਤੀਆਂ ਹਨ ਉਹ ਜੀ ਆਪਣੇ ਕੋ 18 ਰੱਖਾਂ ਤੇ ਨੈਕਸਟ ਆਪਣੇ ਕੋ ਹੈ ਜੀ ਸੈਕਿੰਡ ਕੁਐਸਚਨ ਸਰਕਾਰ ਦੀ ਮੌਦ੍ਰਿਕ ਨੀਤੀ ਦਾ ਸੰਬੰਧ ਕਿਸ ਦੇ ਨਾਲ ਹੈ ਤੇ ਇਸ ਦਾ ਸੰਬੰਧ ਹੁੰਦਾ ਹੈ ਮੁਦਰਾ ਦੀ ਮੰਗ ਅਤੇ ਪੂਰਤੀ ਦੇ ਨਾਲ ਇਹ ਆਪਣਾ ਈਡੀ ਈਡੀ ਆਪਸ਼ਨ ਆ ਜਾਏਗੀ ਇਸ ਦਾ ਨੈਕਸਟ ਹੈ ਜੀ ਆਪਣੇ ਕੋ ਕਿਹੜਾ ਦਰਿਆ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਾਂ ਦੇ ਵਿਚਕਾਰ ਸੀਮਾ ਦਾ ਕੰਮ ਕਰਦਾ ਸੀ ਤੇ ਉਹ ਸੀ ਆਪਣੇ ਕੋ ਜੀ ਸਤਲੁਜ ਅਗਲਾ ਕੁਸ਼ਨ ਆਪਣੇ ਕੋ ਹੈ ਜੀ ਸਮਾਜਵਾਦੀ ਧਰਮ ਨਿਰਪੱਖ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਦੋਂ ਜੋੜੇ ਗਏ ਸਨ ਤੇ ਇਹ ਜੋੜੇ ਗਏ ਸਨ ਜੀ 1976 ਦੇ ਵਿੱਚ 42ਵੀਂ ਸੰਵਿਧਾਨਿਕ ਸੋਧ ਦੁਆਰਾ ਤੇ ਉੜਾ ਆਪਸ਼ਨ ਆ ਜਾਈਗੀ ਜੇ ਆਪਣੇ ਕੋਈ ਸਵਾਲ ਸਹੀ ਅਗਲਾ ਹੈ ਜੀ ਆਪਣੇ ਕੋ ਭਾਗ ਐਡਾ ਵਸਤੂਨਿਸ਼ਟ ਪ੍ਰਸ਼ਨ ਹਨ ਜੀ ਤੇ ਪਹਿਲਾ ਕੁਐਸਚਨ ਦੇਖੋ ਜੀ ਆਪਣੇ ਕੋ ਕੀ ਹੈ ਜੀ ਇਸ ਦੇ ਵਿੱਚ ਭੋਖੋ ਰੋਕਣ ਲਈ ਲਗਾਏ ਜਾਣ ਵਾਲੇ ਜੰਗਲਾਂ ਦੀ ਕਤਾਰ ਨੂੰ ਕੀ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਸ਼ੈਲਟਰ ਪੇਟੀਆਂ ਤੇ ਅਗਲਾ ਕੁਐਸਚਨ ਆਪਣੇ ਕੋ ਇਸ ਤਰ੍ਹਾਂ ਹੈ ਜੀ ਵਿਐਸਟੀ ਅਰਥ ਸ਼ਾਸਤਰ यूनानी भाषा दे डैश शब्दों लिया गया है खालिस्तान पर है तो कि शब्दों ले गए है जी ओ ले गए हैं, है जी अपने को माइक्रोज़ तो तो ले गए है जी माइक्रोस एम आई सी आर ओ एस माइक्रोस ਆਓ ਨੈਕਸਟ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਆਪਣੇ ਕੋ ਹੈ ਜੀ ਸੈਦ ਕੌਣ ਸਨ ਤੇ ਇਸ ਦਾ ਜਵਾਬ ਤੁਹਾਨੂੰ ਜੋ ਆਨਸਰ ਹੈ ਵੀਡੀਓ ਦੇ ਲਾਸਟ ਵਿੱਚ ਮਿਲ ਜਾਏਗਾ ਜੀ ਥੋੜੇ ਜਿਹਰੇ ਵੱਡੇ ਕੁਐਸਚਨ ਲਿਖਣ ਵਾਲੇ ਹਨ ਉਹਨਾਂ ਦਾ ਆਨਸਰ ਮੈਂ ਵੀਡੀਓ ਦੇ ਲਾਸਟ ਵਿੱਚ ਦਿੱਤਾ ਹੈ ਜੀ ਅਗਲਾ ਹੈ ਜੀ ਆਪਣੇ ਕੋ ਭਾਰਤੀ ਨਾਗਰੀਕਾਂ ਦਾ ਕੋਈ ਇੱਕ ਮੌਲਿਕ ਅਧਿਕਾਰ ਲਿਖੋ ਜਿਸ ਤਰ੍ਹਾਂ ਇਸ ਵਿੱਚ ਲਿਖ ਸਕਦੇ ਆਪਾਂ ਸੁਤੰਤਰਤਾ ਦਾ ਅਧਿਕਾਰ ਸਮਾਨਤਾ ਦਾ ਅਧਿਕਾਰ ਤੇ ਕੁਐਸਚਨ ਦੇ ਵਿੱਚ ਇੱਕ ਕਿਹਾ ਗਿਆ ਹੈ ਮੈਂ ਤੁਹਾਡੇ ਲਈ ਦੋ ਲਿਖਤੇ ਹਨ ਦੋਵਾਂ ਵਿੱਚੋਂ ਤੁਸੀਂ ਇੱਕ ਲਿਖ ਸਕਦੇ ਹੋ ਸੁਤੰਤਰਤਾ ਜਾਂ ਸਮਾਨਤਾ ਦਾ ਅਧਿਕਾਰ ਤੇ ਆਓ ਨੈਕਸਟ ਦੇਖ ਜੀਏ ਜੀ ਨੈਕਸਟ ਕੁਐਸਚਨ ਆਪਣੇ ਕੋਈ ਇਸ ਤਰ੍ਹਾਂ ਹੈ ਜੀ ਅਗਲਾ ਕੁਐਸਚਨ ਹੈ ਜੀ ਭਾਗ ਈਡੀ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹਨ ਜੈਵਿਕ ਅਤੇ ਅਜੈਵਿਕ ਸੋਮੇ ਕੀ ਹੁੰਦੇ ਹਨ ਉਦਾਹਰਣ ਦਿਓ ਦੂਸਰਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ ਤੇ ਇਸ ਨੂੰ ਇਸ ਦਾ ਵੀ ਅਨਸਰ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਮਿਲ ਜਾਏਗਾ ਜੀ ਤੇ ਆਹ ਹੁਣ ਆਪਾਂ ਨੈਕਸਟ ਦੇਖਦੇ ਹਾਂ ਜੀ ਸਟੋ ਅਗਲਾ ਕੁਐਸਚਨ ਆਪਣੇ ਕੋਲ ਹੈ ਜੀ ਭਾਗ ਸਸ्रोत ਆਧਾਰਿਤ ਪ੍ਰਸ਼ਨ ਤੇ ਇਸ ਦੇ ਵਿੱਚ ਆਪਾਂ ਇਹ ਜੋ ਪੈਰਾਗ੍ਰਾਫ ਦਿੱਤਾ ਹੈ ਪੈਰਾਗ੍ਰਾਫ ਦੇ ਵਿੱਚੋਂ ਆਪਾਂ ਕੁਐਸਚਨ ਲੱਭਣੇ ਹਨ ਜੀ ਨੀਚੇ ਆਪਾਂ ਨੂੰ ਕੁਐਸਚਨ ਦਿੱਤੇ ਗਏ ਹਨ ਇਹਨਾਂ ਦੇ ਅਨਸਰ ਆਪਾਂ ਪੈਰਾਗ੍ਰਾਫ ਦੇ ਵਿੱਚੋਂ ਲੱਭਣੇ ਹਨ ਜੀ ਤੇ ਪਹਿਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਕਿਸੇ ਦੇਸ਼ ਦੇ ਲੋਕਤੰਤਰੀ ਸਰੂਪ ਦੀ ਪੁਸ਼ਟੀ ਅਸੀਂ ਕਿਵੇਂ ਕਰ ਸਕਦੇ ਹਾਂ ਤੇ ਪੈਰਾਗ੍ਰਾਫ ਦੇ ਵਿੱਚ ਪੜ੍ਹ ਕੇ ਦੇਖਦੇ ਹਾਂ ਕਿਸ ਤੱਕ ਕੀ ਆਨਸਰ ਆ ਸਕਦਾ ਹੈ ਜੀ ਆਪਣੇ ਕੋ ਦੇਖੋ ਜੀ ਕਿਸੇ ਵੀ ਦੇਸ਼ ਦੇ ਲੋਕਤੰਤਰੀ ਸਰੂਪ ਦੀ ਪੁਸ਼ਟੀ ਸਾਨੂੰ ਉਸ ਦੇਸ਼ ਵਜੋਂ ਦਿੱਤੇ ਜਾਣ ਵਾਲੇ ਨਾਗਰਿਕਾਂ ਦੇ ਮੌਲਿਕ ਅਧਿਕਾਰ ਤੋਂ ਹੋ ਜਾਂਦੀ ਹੈ ਜੀ ਪਹਿਲੇ ਦਾ ਆਨਸਰ A ਆ ਜਾਏਗਾ ਜੀ ਆਪਣੇ ਕੋ ਤੇ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਆਪਣੇ ਕੋ ਹੈ ਬਾਲ ਗੰਗਾਧਰ ਤਿਲਕ ਨੇ ਸਵਰਾਜ ਬਿੱਲ ਵਿੱਚ ਕਿਹੜੇ ਅਧਿਕਾਰਾਂ ਦੀ ਮੰਗ ਕੀਤੀ ਸੀ ਕਿਹੜੇ-ਕਿਹੜੇ ਅਧਿਕਾਰਾਂ ਦੀ ਮੰਗ ਕੀਤੀ ਸੀ ਆਪਾਂ ਉਹ ਦੇਖਣੇ ਹਨ ਜੀ ਸਵਰਾਜ ਬਿੱਲ ਦੇ ਵਿੱਚ ਅ ਇਸ ਵਿੱਚ ਦੇਖੋ ਆਪਾਂ ਨੂੰ ਅ ਲੋਕਾਂ ਦੀ ਵਿਚਾਰ ਪ੍ਰਗਟਾਉਣਾ ਕਾਨੂੰਨ ਦੇ ਸਾਹਮਣੇ ਸਮਾਨਤਾ ਤੇ ਕੁਝ ਹੋਰ ਅਧਿਕਾਰਾਂ ਦੀ ਮੰਗ ਕੀਤੀ ਗਈ ਸੀ ਇਹ ਆਪਣੇ ਕੋ ਦੂਸਰੇ ਕੁਸ਼ਚਨ ਦਾ ਆਨਸਰ ਆ ਜਾਏਗਾ ਜੀ ਅਗਲਾ ਤੀਸਰਾ ਕੁਸ਼ਚਨ ਆਪਣੇ ਕੋ ਇਸ ਤਰ੍ਹਾਂ ਹੈ ਜੀ ਅੰਗਰੇਜ਼ੀ ਇਹ ਤੀਸਰਾ ਕੁਐਸਚਨ ਆਪਣੇ ਕੁਐਸਚਨ ਆ ਜਾਏਗਾ ਜੀ ਅੰਗਰੇਜ਼ੀ ਹਕੂਮਤ ਨੇ ਨਹਿਰੂ ਰਿਪੋਰਟ ਦੀ ਕਿਹੜੀ ਮੰਗ ਨੂੰ ਰੱਦ ਕਰ ਦਿੱਤਾ ਸੀ ਕਿਹੜੀ ਰਿਪੋਰਟ ਨੂੰ ਰਿਪੋਰਟ ਦੇ ਵਿੱਚ ਕਿਹੜੀ ਮੰਗ ਨੂੰ ਰੱਦ ਕਰ ਦਿੱਤਾ ਸੀ ਜੀ ਇਹ ਦੇਖੋ ਆਪਣੇ ਕੁਐਸਚਨ ਆ ਜਾਏਗਾ ਮਰਦਾਂ ਅਤੇ ਔਰਤਾਂ ਦੇ ਲਈ ਸਮਾਨਤਾ ਦੇ ਅਧਿਕਾਰ ਨੂੰ ਰੱਦ ਕਰ ਦਿੱਤਾ ਸੀ ਤੇ ਨੈਕਸਟ ਆਪਣੇ ਕੋ ਹੈ ਜੀ ਭਾਗ ਹਾਹਾ ਭਾਗ ਹਾਹੇ ਦੇ ਵਿੱਚ ਸੁਣ ਦੇਖੋ ਆਪਣੇ ਕੋ ਕੀ ਹੈ ਜੀ ਭਾਰਤ ਦੇ ਨਕਸ਼ੇ ਵਿੱਚ ਹੇਠਾਂ ਦੇ ਉੱਤੇ ਕੋਈ ਪੰਜ ਸਥਾਨਾਂ ਵਿੱਚੋਂ ਤਿੰਨ ਸਥਾਨ ਪਰਨੇ ਹਨ ਦੇਖੋ ਆਪਣੇ ਕੋ ਇਹ ਪੰਜ ਸਥਾਨ ਤਾਂ ਨਜ਼ਰ ਆ ਰਹੇ ਹਨ ਤੇ ਇਹ ਪੰਜ ਸਥਾਨਾਂ ਦੇ ਵਿੱਚੋਂ ਕੋਈ ਤਿੰਨ ਸਥਾਨ ਤੁਸੀਂ ਭਾਰਤ ਦੇ ਨਕਸ਼ੇ ਵਿੱਚ ਪਰਨੇ ਹਨ ਤੇ ਆਹ ਹੁਣ ਆਪਾਂ ਜੋ ਕੁਸ਼ਚਨ ਆਪਣੇ ਰਹਿ ਗਏ ਹਨ ਤਿੰਨ ਕੁਸ਼ਚਨ ਆਪਣੇ ਕੋ ਰਹਿ ਗਏ ਹਨ ਉਹ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਕੀ ਆਨਸਰ ਆ ਸਕਦੇ ਹਨ ਤੇ ਸਭ ਤੋਂ ਪਹਿਲਾ ਕੁਸ਼ਚਨ ਦੇਖੋ ਆਪਣੇ ਕੋ ਕੀ ਹੈ ਜੀ ਸੈਇਦ ਕੌਣ ਸਨ ਤੇ ਆਨਸਰ ਹੈਗਾ सय्यद ਆਪਣੇ ਆਪ ਨੂੰ حضرت ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ ਅਗਲਾ ਕੁਸ਼ਨ ਹੈ ਜੀ ਜੈਵਿਕ ਅਤੇ ਅਜੈਵਿਕ ਸੌਮੇ ਕੀ ਹੁੰਦੇ ਹਨ ਉਦਾਹਰਨ ਦਿਓ ਪਹਿਲਾਂ ਕਰਦੇ ਹਾਂ ਜੈਵਿਕ ਸੌਮੇ ਜੀ ਜੈਵਿਕ ਸੌਮੇ ਉਹ ਸੌਮੇ ਹਨ ਜਿਨ੍ਹਾਂ ਦੀ ਪ੍ਰਾਪਤੀ ਸਾਨੂੰ ਜੈਵ ਮੰਡਲ ਤੋਂ ਹੁੰਦੀ ਹੈ ਜੈਵ ਸੌਮਿਆ ਵਿੱਚ ਜਾਨ ਹੁੰਦੀ ਹੈ ਜਿਵੇਂ ਕਿ ਮਨੁੱਖ ਜੀਵ ਜੰਤੂ ਪੰਛੀ ਮੱਛੀਆਂ ਅਤੇ ਜੰਗਲ ਆਦਿ ਅਜੈਵਿਕ ਸੌਮੇ ਅਜੈਵਿਕ ਸੌਮੇ ਉਹ ਸੌਮੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੁੰਦੀ ਹੈ ਜਿਵੇਂ ਕਿ ਚਟਾਨਾ ਧਾਂਤਾਂ ਮਿੱਟੀ ਪਾਣੀ ਇਹ ਆਪਣੇ ਕੋ ਅਜੈਵਿਕ ਸੌਮੇ ਹਨ ਜੀ ਅਗਲਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ ਇਸ ਦੇ ਅਨਸਰ ਇਸ ਤਰ੍ਹਾਂ ਹੈਗਾ ਜੀ ਗੁਰੂ ਜੀ ਅਨਸਾਰ ਪ੍ਰਮਾਤਮਾ ਇੱਕ ਹੈ ਪ੍ਰਮਾਤਮਾ ਸਰਵ ਸ਼ਕਤੀਮਾਨ ਅਤੇ ਸਰਵ ਵਿਆਪਕ ਹੈ ਉਹ ਸੰਸਾਰ ਦੇ ਹਰ ਜੀਵ ਵਿੱਚ ਰਹਿੰਦਾ ਹੈ ਪ੍ਰਮਾਤਮਾ ਮਹਾਨ ਅਤੇ ਸਰਵ ਉੱਚ ਹੈ ਉਸ ਦੀ ਮਹਾਨਤਾ ਅਤੇ ਸਰਵ ਉੱਚਤਾ ਨੂੰ ਬਿਆਨ ਕਰਨਾ ਮਨੁੱਖ ਲਈ ਸੰਭਵ ਨਹੀਂ ਹੈ ਪ੍ਰਮਾਤਮਾ ਦਾ ਕੋਈ ਵੀ ਰੰਗ ਰੂਪ ਜਾਂ ਆਕਾਰ ਨਹੀਂ ਹੈ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ਸਾਨੂੰ ਜੋ ਕੁਝ ਵੀ ਮਿਲਦਾ ਹੈ ਉਹ ਪ੍ਰਮਾਤਮਾ ਦੀ ਹੀ ਦੇਣ ਹੈ ਜੀ ਪੋਪਸ ਨੂੰ ਤੁਹਾਨੂੰ ਜੋ ਸਾਰੇ ਹੀ ਕੁਸ਼ਚਨ ਕਰਵਾਏ ਹਨ ਉਹ اچھی طرح ਸਮਝ ਲੱਗੇ ਹੋਣਗੇ ਜੇਕਰ ਵੀਡੀਓ ਤੁਹਾਨੂੰ اچھی ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜੁਪਸ ਕਰ ਦੇਣਾ ਧੰਨਵਾਦ